ਆਪਣੇ ਪੰਜਾਬ ਛਾਤੀ ਵਾਲੀਏ 20-25% ਲੋਕਾਂ ਚ ਮੈਂ ਵੀ ਬਾਬਾ ਹੈ। ਮੇਰੇ ਅਰਕੇ ਕਮਲੇ ਲੋਕ ਹੈ ਜਿਹੜੇ ਕਹਿੰਦੇ ਬਾਬਾ ਜਦੋਂ ਲੋਹੜੀ ਲੈ ਕੇ ਨੱਚਦਾ ਹੈ ਕਹਿੰਦੇ ਉਹ ਲੱਗਦਾ ਜਿਵੇਂ ਲੱਗੀ ਪਈ ਹੈ। ਉਹਨਾਂ ਪਾਗਲਾਂ ਨੂੰ ਕੌਣ ਦੱਸੇ ਇਹ ਲੋਹੜੀ ਲੈਣ ਤੋਂ ਪਹਿਲਾਂ 2 ਲੱਖ ਰੁਪਇਆ ਪਤਾ ਕਰਦਾ ਹੈ ਆ ਗਿਆ ਕਿ ਨਹੀਂ। ਤੇ ਫਿਰ ਬਾਬਾ ਤੂੰ ਕਾਹਦੀਆਂ ਝੁੱਟੀਆਂ ਫੋਕੀਆਂ ਦਾਅਵੇਦਾਰੀਆਂ ਗੱਲ ਜਿੱਦਾਂ ਦੀ ਵੱਸੋ ਮਾਰ ਹੋਈ। ਉਹ ਜਿਹੜਾ ਪਸਤਾਨੜੇ ਸੀ ਤਾਂ ਬਾਬੇ ਬੁੱਲੇ ਸ਼ਾਹ ਵਰਗੇ ਸੀ ਗੁਰੂ ਪਾਲੇ ਤੇ ਸ਼ਾਹ ਇਨਾਇਤ ਨੂੰ ਮਨਾਉਣ ਲਈ ਨੱਚੇ। ਜੇ ਕੋਈ ਮੀਰਾ ਵਰਗੀ ਮਸਤਾਨੜੀ ਸੀ ਉਹ ਤੂੰਬੇ ਦੀਆਂ ਤਾਰਾਂ ਤੇ ਨੱਚੀ। ਇੱਧਰਲੇ ਘਰੇ ਆ ਜਾਓ ਤਾਂ ਫਿਰ ਇੱਧਰਲੇ ਬਾਬੇ ਦੀਪ ਸਿੰਘ ਹੋਣੀ ਖੰਡੇ ਦੀਆਂ ਤਾਰਾਂ ਤੇ ਨੱਚੇ। ਹੁਣ ਇਹ ਅਵਸਥਾ ਉਸ ਨਾਚ ਸੀ ਜਦੋਂ ਉਹ ਨਾਚ ਨੱਚੇ ਹੋ ਤਾਂ ਉਹਨਾਂ ਬੀਬੀਆਂ ਦੇ ਗਾਣੇ ਬਦਲ ਕੇ ਮਾਂ ਮਿਲ ਜਾਓ ਬੈਠੀਓ। ਉਹਨਾਂ ਬੀਬੀਆਂ ਉਹਨਾਂ ਸੁਹਾਗਣਾਂ ਦੇ ਗੀਤ ਕੀ ਕਹਿੰਦੇ ਉਹ ਗਾਉਂਦੇ ਕਿਉਂਕਿ ਥੱਕਦਾ ਨਾ
ਇਹ ਭਾਵੇਂ ਕਿਸੇ ਮਹਾਂਪੁਰਸ਼ ਦਾ ਵੀ ਹੈ, ਸਰੀਰ ਦਾ ਥੱਕਣਾ ਲਾਜ਼ਮੀ ਹੈ ਜੇ ਕੁਦਰਤੀ ਹੈ। ਉਹ ਉਹਨਾਂ ਨੂੰ ਜਿਹੜੀ ਘੰਟੇ ਦੋ ਘੰਟਿਆਂ ਦੀ ਨੀਂਦ ਹੁੰਦੀ ਹੈ ਉਹ ਸੁਣਦੇ ਵੀ ਹੈ, ਉਹ ਮਗਰ ਲੱਗਣ ਦਾ ਨਹੀਂ ਸੁਣਦੇ। ਉਹ ਕਿਹੜੀ ਨੀਂਦ ਆ ਉਹ ਜਿਹੜੀ ਨਹੀਂ ਆਉਣ ਦਿੰਦੇ, ਉਹ ਆ ਚੇਤਨਾ ਦੀ ਨੀਂਦ ਹੈ, ਕਰਮਾਂ ਦੀ ਨੀਂਦ ਹੈ, ਜਿੱਥੇ ਆ ਕੇ ਕਹਿੰਦੇ ਕਿ ਭਾਈ ਇੱਥੇ ਨਾ ਸੌ ਜੀ। ਉਹ ਦੇਖੀ ਮੁੰਡਿਆ ਬਾਈਆਂ ਸਾਲਾਂ ਦਾ ਲੱਗਦਾ ਹੈ ਇੱਥੇ ਨਾ ਸੌ ਜੀ, ਕੰਮ ਹੀ ਹੋ ਜਾਏਗਾ, ਕ੍ਰੋਧੀ ਹੋ ਜਾਏਗਾ, ਹੰਕਾਰੀ ਹੋ ਜਾਏਗਾ। ਇਹ ਕਰਮਾਂ ਦੀ ਜਿਹੜੀ ਖੇਡ ਹੈ ਇਹਨਾਂ 'ਚ ਸਾਧ ਸਾਹ ਨਹੀਂ ਸਕਦਾ ਜਿਹੜਾ ਫਤਿਹ ਦਾ ਹੈ, ਜਿਹੜਾ ਫਤਿਹ ਦਾ ਨਾ ਜਿਹੜੇ ਪੱਲੇ ਨਾਮ ਦੀ ਕਮਾਈ ਹੈ ਉਹ ਸਾਨੂੰ ਜਾਗਦੇ ਹੈ, ਉਹ ਜਾਗਦੇ ਆ। ਉਹਨਾਂ ਬਾਰੇ ਕਹਿੰਦੇ ਇੱਥੇ ਸੱਜਣੋ ਅੱਖਾਂ ਦੋ ਤੋਂ ਚਾਰ, ਚਾਰ ਤੋਂ ਛੇ, ਛੇ ਤੋਂ ਅੱਖ, ਦਸ ਦਰਜਣਾ ਦਰਜਣਾ ਹੋ ਜਾਂਦੀਆਂ, ਇਹ ਰੱਜੀਆਂ ਨਹੀਂ। ਉਹ ਕਹਿੰਦਾ ਇੱਕੋ ਵਾਰੀ ਚਾਰ ਹੋਣਗੀਆਂ, ਨਾਲ ਦੀ ਨਾਲ ਇੱਕੋ ਹੀ ਰਹਿ ਜੂ। ਉਹ ਗਾਉਂਦੀ ਉਹ ਗਾਣੇ ਵੇ, ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ। ਅੱਖਾਂ ਦਾ ਚਾਰ ਹੀ ਹੈ, ਇੱਕ ਕਿਉਂ ਕਹਿੰਦਾ ਕਿ ਨਿਗਾਹ ਚੋਂ ਦੇਖਣਾ ਹੈ, ਦੋਵਾਂ ਨੇ ਇੱਕੋ ਹੀ ਦੇਖਣਾ ਹੈ, ਇੱਕੋ ਹੀ ਦੇਖਣਾ। ਇਸ ਕਰਕੇ ਉਹ ਕਹਿੰਦਾ ਇੱਕ ਅੱਖ ਦਾ ਹੀ ਕੰਮ ਚੱਲ ਜਾਣਾ ਉਹਨਾਂ ਦੀ ਅੱਖਾਂ। ਕਿਸੇ ਸ਼ਾਇਰ ਨੇ ਲਿਖਿਆ ਨਦੀਆਂ ਪਾਰ ਰਾਂਝਣ ਦਾ ਵੇ ਥਾਣਾ। ਜੋ ਵੀ ਖਾਵਾਂ ਨਾਲੇ ਖਾਂਦਾ, ਜੋ ਵੀ ਖਾਵਾਂ